ਹਰਕੀਰਤ ਕੌਰ ਬੇਨਤੀ ਮੈਡਮ ਜੀ ਨੂੰ ਕਰੂੰਗਾ। ਬੇਨਤੀ ਕਰਦਾ ਵੀ ਜਿਹੜਾ ਅਸੀਂ ਤੁਸੀਂ ਆਪ ਨੂੰ ਅਨਮਿਊਟ ਹਰਕੀਰਤ ਕੌਰ ਜੀ ਕਰ ਸਕਦੇ ਹੋ, ਆਪਣੇ ਆਪ ਨੂੰ ਕਰ ਲਓ। ਪ੍ਰਿੰਸੀਪਲ ਨੇ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਨੰਦਾ ਚੌਰ, ਇਹਨਾਂ ਨੇ ਸਾਡੇ ਆਉਣ ਤੋਂ ਪਹਿਲਾਂ ਇੱਕ ਬੜਾ ਵਧੀਆ ਫੰਕਸ਼ਨ ਕੀਤਾ ਸੀਗਾ ਸਾਡੇ ਜਗਤ ਪੰਜਾਬੀ ਸਭਾ ਲਈ। ਬਹੁਤ ਸਾਰੇ ਮੈਂਬਰ ਅੱਜ ਸਾਡੇ ਨਾਲ ਇਹਨਾਂ ਨੂੰ ਜੋੜੇ ਵੀ ਹੈਗੇ ਆ। ਮੈਂ ਬੇਨਤੀ ਕਰੂੰਗਾ ਵੀ ਤੁਹਾਨੂੰ ਸਾਨੂੰ ਮਿਲ ਕੇ ਤੁਹਾਨੂੰ ਕਿੱਦਾਂ ਲੱਗਦਾ ਹਰਕੀਰਤ ਕੌਰ ਜੀ। ਸਾਰੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰ ਮੇਰੀ ਆਵਾਜ਼ ਆ ਰਹੀ ਹੈ ਜੀ ਸਾਰਿਆਂ ਨੂੰ? ਬਿਲਕੁਲ ਆ ਆ ਰਹੀ ਰਹੀ ਹੈ ਮੈਡਮ, ਆ ਜੀ। ਰਹੀ ਜੀ, ਆ ਰਹੀ। ਸਰ ਅੱਜ ਦਾ ਵੈਬੀਨਾਰ ਬਹੁਤ ਹੀ ਵਧੀਆ ਲੱਗਾ। ਮੈਂ ਕਨੈਕਟਡ ਸੀ, ਬੇਸ਼ੱਕ ਮੈਂ ਕੈਮਰਾ ਜਿਹੜਾ ਸੀ ਉਹ ਮੈਂ ਸ਼ੋਅ ਨਹੀਂ ਸੀ ਕਰ ਰਹੀ, ਬਟ ਸਾਰੇ ਵਿਚਾਰ ਬਹੁਤ ਵਧੀਆ ਸੀ ਕਿਉਂਕਿ ਅਸੀਂ ਸਾਰੇ ਇੱਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਬਾਰੇ ਸੋਚ ਰਹੇ ਹਾਂ। ਔਰ ਸਰਦਾਰ ਰਜੈਤ ਸਿੰਘ ਚੱਠਾ, ਸਰਦਾਰ ਢਿੱਲੋਂ ਸਾਹਿਬ ਔਰ ਥਿਆੜਾ ਸਾਹਿਬ ਸਾਰੇ ਹੀ ਸਾਡੇ ਮੈਂਟੋਰਸ ਨੇ, ਔਰ ਅਸੀਂ ਇਹਨਾਂ ਮੈਂਟੋਰਸ ਦੇ ਦੱਸੇ ਰਾਹ ਤੇ ਹੀ ਚੱਲਣਾ ਹੈ। ਔਰ ਮੈਂ ਇਹ ਸੋਚ ਰਹੀ ਸੀ ਕਿ ਕਾਨਫਰੰਸ ਜਿਹੜੀਆਂ ਵਾਕਿਆ ਹੀ ਤਰੱਕੀ ਦੇ ਰਾਹ ਤੇ ਤੁਰਨ ਦੇ ਲਈ ਇੱਕ ਮਾਰਗਦਰਸ਼ਨ ਦਾ ਕੰਮ ਕਰਦੀਆਂ। ਜਿਸ ਤਰ੍ਹਾਂ ਅਸੀਂ ਹੁਣ ਦੇਖਦੇ ਹਾਂ ਜਿਹੜੀ ਜਿੰਨੀ ਵੀ ਨਵੀਂ ਜਨਰੇਸ਼ਨ ਹੈ ਉਹ ਸਾਰੀ ਬਾਹਰ ਜਾ ਰਹੀ ਹੈ, ਔਰ ਮੇਰੇ ਖਿਆਲ ਦੇ ਅਨੁਸਾਰ ਅਗਰ ਅਸੀਂ ਇਹਨੂੰ ਪੋਜ਼ਿਟਿਵ ਵੇ ਨਾਲ ਅਗਰ ਲਈਏ ਤੇ ਵਾਕਿਆ ਹੀ ਸਾਡਾ ਕਲਚਰ ਜਿਹੜਾ ਸਾਰੀ ਦੁਨੀਆ ਦੇ ਵਿੱਚ ਪ੍ਰਫੁੱਲਤ ਹੋ ਰਿਹਾ ਹੈ, ਤੇ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਤੱਕ ਜਿਹੜਾ ਕਲਚਰ ਟ੍ਰਾਂਸਫਰ ਹੋ ਰਿਹਾ ਵਰਲਡ ਵਾਈਡ, ਇਹ ਪੰਜਾਬੀਆਂ ਦੇ ਲਈ ਵਾਕਿਆ ਮਾਣ ਵਾਲੀ ਗੱਲ ਹੈ। ਮੈਂ ਹੋਰ ਵੀ ਦੇਖ ਰਹੀ ਸੀ ਕਿ ਵੱਖ ਵੱਖ ਵਿਸ਼ਿਆਂ ਤੇ ਕਾਫੀ ਵਿਚਾਰ ਵਟਾਂਦਰੇ ਹੋ ਰਹੇ ਸੀ, ਤੇ ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਵੁਮੈਨ ਕ੍ਰਾਈਮ ਕਾਫੀ ਵੱਧ ਰਹੇ ਹੈ, ਮੇਰੇ ਖਿਆਲ ਅਨੁਸਾਰ ਜਿਹੜਾ ਇੱਕ ਗੁਰੂ ਨਾਨਕ ਪਾਤਸ਼ਾਹ ਦਾ ਸੰਦੇਸ਼ ਸੀ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਤੇ ਵੁਮੈਨ ਐਮਪਾਵਰਮੈਂਟ ਦੇ ਲਈ ਪਲੱਸ ਵੁਮੈਨ ਦੇ ਅਗੇਂਸਟ ਜਿਹੜੇ ਕ੍ਰਾਈਮ ਹੋ ਰਹੇ ਉਹਨਾਂ ਨੂੰ ਰੋਕਣ ਦੇ ਲਈ ਵੀ ਇੱਕ ਥੀਮ ਜਿਹੜਾ ਸੈਟ ਕਰਨਾ ਮੇਰੇ ਹਿਸਾਬ ਨਾਲ ਜ਼ਰੂਰੀ ਹੈ। ਔਰ ਮੈਂ ਬੇਨਤੀ ਕਰਾਂਗੀ ਕਿ ਇਸ ਥੀਮ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਜਿਹੜਾ ਉਹ ਕੀਤਾ ਜਾਏ ਤਾਂ ਕਿ ਬਹੁਤ ਸਾਰੀਆਂ ਜਿਹੜੀਆਂ ਟ੍ਰਬਲ ਫੇਸ ਕਰ ਰਹੀਆਂ ਕੁੜੀਆਂ ਜਾਂ ਵੁਮੈਨ ਉਹਨਾਂ ਤੇ ਠੱਲ ਪਾਈ ਜਾ ਸਕੇ। ਇਸ ਤੋਂ ਇਲਾਵਾ ਕਾਨਫਰੰਸ ਜਿਹੜੀ ਹੈ ਮੈਨੂੰ ਲੱਗ ਰਿਹਾ ਸੀ ਕਿ ਮੌਕਾ ਇੱਕ ਦਿਨ ਦੀ ਵਾਕਿਆ ਵਿਚਾਰ ਵਟਾਂਦਰਾ ਅਸੀਂ ਸਿਰਫ ਇੱਕ ਕਾਮਨ ਪਲੇਟਫਾਰਮ ਤੇ ਹੀ ਨਹੀਂ ਕਰਦੇ, ਸਗੋਂ ਆਪਣਾ ਜਿੰਨਾ ਕਲਚਰ ਹੈ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਸਾਡਾ ਹੁੰਦਾ ਹੈ, ਸਾਡਾ ਰਹਿਣ ਸਹਿਣ, ਸਾਡਾ ਸੱਭਿਆਚਾਰ, ਸਾਡਾ ਵਿਰਸਾ, ਅਸੀਂ ਸਾਰੇ ਉਹਦੇ ਬਾਰੇ ਸਲਾਹ ਮਸ਼ਵਰਾ ਕਰਦੇ ਹਾਂ ਤੇ ਸਾਰੀ ਦੁਨੀਆ ਦੇ ਵਿੱਚ ਉਹਨੂੰ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਬਹੁਤਾ ਸਮਾਂ ਨਹੀਂ ਲਵਾਂਗੀ ਔਰ ਇਹਨਾਂ ਸਭ ਦਾ ਧੰਨਵਾਦ ਕਰਦੀ ਹਾਂ, ਸਰ ਖਾਸ ਕਰਕੇ ਸਰਦਾਰ ਅਜੈਤ ਸਿੰਘ ਚੱਠਾ, ਸਰਦਾਰ ਸਰਦੂਲ ਸਿੰਘ ਖੈੜਾ ਜੀ ਔਰ ਸਰਦਾਰ ਢਿੱਲੋਂ ਸਾਹਿਬ ਜਿਹੜੇ ਕਿ ਆਰਗੇਨਾਈਜ਼ ਕਰ ਰਹੇ ਹਨ। ਥੈਂਕ ਯੂ ਵੈਰੀ ਮਚ।